ਲੁਧਿਆਣੇ ਵਾਸੀਆਂ ਨੂੰ ਇੱਕ ਖੁਸ਼ਖਬਰੀ ਮਿਲੀ ਸੀਗੀ, ਜਿਹੜੀ ਕਿ ਭਾਰਤ ਨਗਰ ਚੌਂਕ ਤੋਂ ਬੱਸ ਸਟੈਂਡ ਤੇ ਬਣੇ ਪੁਲ ਦੀ, ਐਲੀਵੇਟਿਡ ਪੁਲ ਦੀ ਖੁਸ਼ਖਬਰੀ ਤੋਂ ਬਾਅਦ ਲੋਕਾਂ ਦੇ ਵਿੱਚ ਇਸ ਪੁਲ ਦੇ ਉੱਤੇ ਜਾਣ ਦੇ ਨਾਲ ਟ੍ਰੈਫਿਕ ਦੀ ਸਮੱਸਿਆ ਵੀ ਉਹਨਾਂ ਦੀ ਹੱਲ ਹੋਈ ਸੀ। ਪਰ ਤੁਹਾਨੂੰ ਇੱਕ ਖਬਰ ਦੱਸ ਦਈਏ ਕਿ ਜੋ ਤੁਹਾਨੂੰ ਹੈਰਾਨ ਵੀ ਕਰ ਦੇਵੇਗੀ, ਪਿਛਲੇ ਮਹੀਨੇ ਹੀ ਇਸ ਪੁਲ ਦਾ ਉਦਘਾਟਨ ਕੀਤਾ ਗਿਆ, ਪਰ ਦੇਰ ਰਾਤ ਇੱਕ ਇਹੋ ਜਿਹੀ ਘਟਨਾ ਵਾਪਰਦੀ ਹੈ ਜੋ ਸ਼ਾਇਦ ਤੁਹਾਨੂੰ ਹੈਰਾਨ ਕਰ ਦੇਗੀ। ਇਸ ਪੁਲ ਦੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਪੁਲ ਦੀ ਸਲੈਬ ਜਿਹੜੀ ਹੈ ਉਹ ਰਾਤ ਦੇ ਸਮੇਂ ਨੀਚੇ ਡਿੱਗ ਜਾਂਦੀ ਹੈ। ਹਾਲਾਂਕਿ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਕਿਉਂਕਿ ਰਾਤ ਦਾ ਸਮੇਂ ਸੀ ਅਤੇ ਸੜਕਾਂ ਜਿਹੜੀਆਂ ਨੇ ਉਸ ਵੇਲੇ ਖਾਲੀ ਸੀ। ਪਰ ਤੁਹਾਨੂੰ ਜਾਣਕਾਰੀ ਜਿਹੜੀ ਹੈ ਸਾਂਝੀ ਕਰ ਰਹੇ ਹਾਂ ਤਸਵੀਰਾਂ ਦੇ ਰਾਹੀਂ। ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਨਵੇਂ ਬਣੇ ਪੁਲ ਦੀਆਂ ਸਲੈਬ ਜਿਹੜੀ ਹੈ ਇੱਕਦਮ ਨੀਚੇ ਆ ਡਿੱਗਦੀ ਹੈ। ਕਰੋੜਾਂ ਰੁਪਏ ਖਰਚ ਕੀਤੇ ਗਏ ਸੀ ਇਸ ਪੁਲ ਦੇ ਉੱਤੇ ਔਰ ਸਲੈਬ ਜਿਹੜੀ ਹੈ ਕਾਫੀ ਭਾਰੀ ਸੀ ਅਤੇ ਇਸ ਦੇ ਨਾਲ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ, ਪਰ ਕੋਈ ਵੀ ਘਟਨਾ ਜਿਹੜੀ ਆ ਵਾਪਰ ਸਕਦੀ ਸੀ। ਇਸ ਤੋਂ ਇਹ ਪਤਾ ਲੱਗਦਾ ਕਿ ਇਸ ਤਰੀਕੇ ਦਾ ਮਟੀਰੀਅਲ ਜਿਹੜਾ ਯੂਜ਼ ਹੋਇਆ ਉੱਥੇ ਹੀ ਨੈਸ਼ਨਲ ਹਾਈਵੇ ਦੇ ਅਧਿਕਾਰੀਆਂ ਨੂੰ ਮੌਕੇ 'ਤੇ ਸੂਚਨਾ ਦੇ ਦਿੱਤੀ ਗਈ। ਹਾਲਾਂਕਿ ਰਾਤੀ ਪਹੁੰਚ ਕੇ ਉਹਨਾਂ ਨੇ ਮੁਰੰਮਤ ਦਾ ਕੰਮ ਵੀ ਸ਼ੁਰੂ ਕਰ ਦਿੱਤਾ, ਪਰ ਦੂਸਰੇ ਪਾਸੇ ਜਾਣਕਾਰੀ ਇਹ ਦੇ ਦਈਏ ਇਹਨਾਂ ਦੀ ਵੱਡੀ ਅਣਗਹਿਲੀ ਜਿਹੜੀ ਹੈ ਸਾਹਮਣੇ ਆਉਂਦੀ ਹੈ।